इतने टाइम पास करन रहे हैं। हां जी टाइम ही पास करन रहे हैं। अच्छा जी हां जी तिली डालियां बच्चियां नु लोकी दे देंदे आ जिन्हां दा मकाम धंधा करते हैं। हां जी चलो मैं आटा कोटा लिया के रोटी आटा लिया। 85 साल दी उम्र है ते किन्ने घरां दा काम करदे हो तुसी? क्यों करां दा जी ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਮਾਤਾ ਜੀ ਨੇ ਦੱਸਿਆ ਹੈ ਕਿ ਕਿਵੇਂ ਉਹ ਚਾਰ ਘਰਾਂ ਦਾ ਕੰਮ ਕਰਨ ਤੋਂ ਬਾਅਦ ਆਪਣੇ ਪੋਤੇ ਅਤੇ ਪੋਤੀ ਨੂੰ ਪਾਲ ਰਹੇ ਨੇ। ਇਹ ਤੇ ਜਾਂ ਉਹ ਜਾਣਦੇ ਨੇ ਤੇ ਜਾਂ ਫਿਰ ਉਹਨਾਂ ਦਾ ਰੱਬ ਜਾਣਦਾ। ਮੈਨੂੰ ਲੱਗਦਾ ਕਿ ਬਿਜਲੀ ਦਾ ਵੀ ਪ੍ਰਬੰਧ ਕੋਈ ਬਹੁਤਾ ਨਹੀਂ। ਮਾਤਾ ਜੀ ਬਿਜਲੀ ਦਾ ਕਿਵੇਂ ਪ੍ਰਬੰਧ ਹੈ? ਬਿਜਲੀ ਲਵਾਈ ਆ ਮੈਂ ਆਪਣੇ ਮੀਟਰ ਲਵਾਇਆ ਹੀ ਆ। ਕਦੀ ਕਦੀ ਬਿੱਲ ਆ ਜਾਂਦਾ, ਜਿੰਨੀ ਕਹੀਂ ਬਾਲਦੇ ਉਨੀ ਕੁ ਬਿੱਲ ਆਉਂਦਾ, ਬਾਕੀ ਅਸੀਂ ਆਪ ਹੀ ਘੱਟ ਬਾਲਦੇ ਹਾਂ। ਇਹਨੇ ਜ਼ਿਆਦਾ ਬਿੱਲ ਆ ਗਿਆ ਤਾਂ ਫਿਰ ਦੇਵਾਂਗੇ। ਅੱਛਾ ਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਪੰਜਾਬ ਅਬ ਤੱਕ ਨਿਊਜ਼ ਵੇਖ ਰਹੇ ਹੋ। ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਇਸ ਵੇਲੇ ਤਰਨ ਤਾਰਨ ਦੇ ਵਿੱਚ ਮੌਜੂਦ ਹਾਂ। ਧੋੜਾ ਚੌਂਕੀ ਦੀ ਬੈਕ ਸਾਈਡ ਇੱਕ ਬਜ਼ੁਰਗ ਮਾਤਾ ਦਾ ਘਰ ਹੈ ਜਿਸ ਘਰ ਦੇ ਵਿੱਚ ਮੈਂ ਇਸ ਵੇਲੇ ਖੜਾ ਹਾਂ। ਕਿਸੇ ਵੇਲੇ ਇਹ ਮਾਤਾ ਜਿਹੜੀ ਹੈ ਉਹ ਜ਼ਮੀਨਾਂ ਦੀ ਮਾਲਕ ਹੁੰਦੀ ਸੀ, ਲੇਕਿਨ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਦੀ ਮਾਂ ਜਿਹੜੀ ਉਹ ਛੱਡ ਕੇ ਚਲੇ ਗਈ ਹੈ। 85 ਸਾਲਾਂ ਮਾਤਾ ਆਪਣੇ ਪੋਤੇ ਅਤੇ ਪੋਤੀ ਨੂੰ ਪਾਲ ਰਹੀ ਹੈ, ਕਿਹੜੇ ਹਾਲਾਤਾਂ 'ਚ ਰਹਿ ਰਹੀ ਹੈ ਗੱਲਬਾਤ ਕਰਕੇ ਜਾਣਾਂਗੇ। ਲੋਕਾਂ ਦੇ ਘਰਾਂ ਦੇ ਵਿੱਚ ਪੋਚੇ ਮਾਰ ਕੇ ਇਹਨਾਂ ਛੋਟੇ ਬੱਚਿਆਂ ਨੂੰ ਪਾਲ ਰਹੀ 85 ਸਾਲਾਂ ਮਾਤਾ ਨੇ ਇੱਕ ਮਦਦ ਦੀ ਗੁਹਾਰ ਲਗਾਈ ਹੈ। ਦੋਸਤੋ ਭੁੱਲ ਕੇ ਵੀ ਸਕਿੱਪ ਨਾ ਕਰਿਓ ਵੀਡੀਓ ਨੂੰ। ਜੇਕਰ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ, ਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ। ਤਸਵੀਰਾਂ ਪਹਿਲਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂ ਕਿ ਵਿਖਾ ਦਿੱਤੀਆਂ ਜਾਣ। ਗੁਰਸਿੱਖ ਬੱਚਾ ਹੈ ਜਿਸਦੀ ਉਮਰ ਕੁਝ ਮਹਿਜ਼ 8 ਤੋਂ 10 ਸਾਲ ਉਮਰ ਹੋਵੇਗੀ। ਇੱਕ ਛੋਟੀ ਬੱਚੀ ਹੈ। ਮਾਤਾ ਦੇ ਕੋਲ ਪੋਤਾ ਅਤੇ ਪੋਤਰੀ ਤੋਂ ਸਿਵਾਏ ਇਸ ਘਰ ਦੇ ਵਿੱਚ ਕੋਈ ਵੀ ਜੀ ਨਹੀਂ ਹੈ। ਬੱਚੇ ਦੀ ਮੌਤ ਹੋਣ ਤੋਂ ਬਾਅਦ ਇਹਨਾਂ ਦੀ ਮਾਤਾ ਜਿਹੜੀ ਹੈ ਇਹਨਾਂ ਛੋਟੇ ਬੱਚਿਆਂ ਨੂੰ ਛੱਡ ਕੇ ਚਲੇ ਗਈ, ਅਤੇ ਬਜ਼ੁਰਗ ਮਾਤਾ ਲੋਕਾਂ ਦੇ ਘਰਾਂ ਦੇ ਵਿੱਚ ਕੰਮਕਾਰ ਕਰਕੇ, ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਕੇ ਕਿਵੇਂ ਪਾਲ ਰਹੀ ਹੈ, ਇਹ ਮਾਤਾ ਦੇ ਕੋਲੋਂ ਜਾਣਾਂਗੇ। ਮਾਤਾ ਜੀ ਕੀ ਨਾਮ ਹੈ ਤੁਹਾਡਾ? ਕੁਲਵੰਤ ਕੌਰ। ਮਾਤਾ ਜੀ ਕੀ ਗੱਲ ਹੋਈ ਸੀ ਤੁਹਾਡੇ ਬੇਟੇ ਨੂੰ ਜਿਸ ਤੋਂ ਬਾਅਦ? ਹਾਂਜੀ ਮੇਰੇ ਬੇਟੇ ਨੂੰ ਆਪਣਾ ਪੈ ਗਿਆ ਸੀ, ਮਨ ਪੈ ਗਿਆ ਸੀ। ਅੱਛਾ ਜੀ ਹਾਂ। ਤੇ ਕੀ ਹਾਲਾਤ ਨੇ ਅੱਜ ਘਰ ਦੇ? ਅੱਜ ਕੱਲ ਕੋਈ ਇਲਾਜ ਨਹੀਂ ਸਾਡੇ। ਅੱਛਾ ਜੀ ਹਾਂ। ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ? ਮੈਂ ਜੀ ਪੋਚੇ ਲਵਾ ਕੇ ਆਉਣੀ ਦੁੰਦਾਂ ਕਿਉਂ ਕਰਾਂਗੇ, ਧਿਆਨ ਕੇ ਆਪਣਾ ਟਾਈਮ ਪਾਸ ਕਰਕੇ ਨਾਲ ਬੱਚੇ ਕੋਲ। ਅੱਛਾ ਜੀ। ਮਾਤਾ ਜੀ ਕਿਸੇ ਵੇਲੇ ਕਹਿੰਦੇ ਤੁਹਾਡੇ ਕੋਲ ਜ਼ਮੀਨਾਂ ਹੁੰਦੀਆਂ ਸੀ? ਹਾਂ ਕਿਸੇ ਵੇਲੇ ਹੈਗੀਆਂ ਸੀ, ਹੁਣ ਤਾਂ ਜ਼ਮੀਨਾਂ ਮਾੜੇ ਹੋ ਗਏ ਆ। ਅੱਛਾ ਜੀ ਹਾਂ, ਹੁਣ ਤਾਂ ਕਾਹੀ ਜੋਗੇ ਵੀ ਨਹੀਂ ਰਹਿ ਗਏ। ਮਾਤਾ ਜੀ ਇਹ ਵੀ ਜ਼ਰੂਰ ਦੱਸਿਓ ਕਿ ਕਿੰਨੇ ਪਰਿਵਾਰ 'ਚ ਪਹਿਲਾਂ ਤੁਸੀਂ ਮੈਂਬਰ ਸੀ ਤੇ ਹੁਣ ਕਿੰਨੇ ਰਹਿ ਗਏ ਨੇ? 2-3 ਰਹਿ ਗਏ ਜੀ। ਅੱਛਾ ਜੀ ਪਹਿਲਾਂ ਕਿੰਨੇ ਸੀ? ਪਹਿਲਾਂ 4 ਸੀ। ਕੌਣ ਕੌਣ? 5-2, ਇੱਕ ਮੇਰੀ ਨੂੰਹ, ਇੱਕ ਮੇਰਾ ਪੁੱਤ, ਹਾਂਜੀ ਫਿਰ ਮੇਰੇ ਪੋਤੇ ਪੋਤੀਆਂ ਹੋਏ ਸੀ, 5 ਪਰਿਵਾਰ ਰਹੇ। ਤੇ ਤੁਹਾਡੇ ਜਿਹੜੇ ਬੇਟੇ ਦੀ ਮੌਤ ਤੋਂ ਬਾਅਦ ਬੱਚਿਆਂ ਦੀ ਮਾਂ ਜਿਹੜੀ ਉਹ ਕਿੱਥੇ ਹੈ? ਉਹ ਜੀ ਚਲੀ ਚੁਲੀ ਗਈ, ਹੁਣ ਸਾਨੂੰ ਕੀ ਪਤਾ, ਛੱਡ ਕੇ ਚਲੀ ਗਈ ਬੱਚਿਆਂ ਨੂੰ। ਇਹ ਸਾਲ ਦੀ ਹੈਗੀ ਸੀ, 2 ਸਾਲਾਂ ਦਾ। ਇਹ ਵੀ ਜ਼ਰੂਰ ਦੱਸਿਓ ਮਾਤਾ ਜੀ ਜਿੰਨੀ ਤੁਹਾਡੀ ਉਮਰ ਹੈ ਇੰਨੀ ਉਮਰ ਦੇ ਵਿੱਚ ਤਾਂ ਆਪਣਾ ਆਪ ਸਾਂਭਣਾ ਹੀ ਬੜਾ ਔਖਾ ਹੁੰਦਾ ਹੈ, ਤੇ ਬੱਚਿਆਂ ਨੂੰ ਕਿਵੇਂ ਤੇ ਫਿਰ ਉੱਪਰੋਂ ਘਰ ਦਾ ਗੁਜ਼ਾਰਾ ਕਿਵੇਂ, ਇਹ ਸਾਰਾ ਇਹ ਤੁਸੀਂ ਕਿੱਦਾਂ ਸਾਰਾ ਕਰਦੇ ਹੋ? ਇਤਨੇ ਟਾਈਮ ਪਾਸ ਕਰਨ ਰਹੇ ਹਾਂ। ਹਾਂਜੀ ਟਾਈਮ ਹੀ ਪਾਸ ਕਰਨ ਰਹੇ ਹਾਂ। ਅੱਛਾ ਜੀ ਹਾਂ ਜੀ ਤਿਲੀ ਡਾਲੀਆਂ ਬੱਚਿਆਂ ਨੂੰ ਲੋਕੀ ਦੇ ਦਿੰਦੇ ਆ ਜਿਨ੍ਹਾਂ ਦਾ ਮਕਾਮ ਧੰਦਾ ਕਰਦੇ ਹਾਂ। ਤੇ ਆਪ ਜੀ ਚਲੋ ਮੈਂ ਆਟਾ ਕੋਟਾ ਲਿਆ ਕੇ ਰੋਟੀ ਆਟਾ ਲਿਆ ਕੇ। 85 ਸਾਲ ਦੀ ਉਮਰ ਹੈ ਤੇ ਕਿੰਨੇ ਘਰਾਂ ਦਾ ਕੰਮ ਕਰਦੇ ਹੋ ਤੁਸੀਂ? ਕਿਉਂ ਘਰਾਂ ਦਾ ਜੀ? ਅੱਛਾ ਜੀ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਮੇਰੇ ਖਿਆਲ ਹੈ ਕਿ ਨੌਜਵਾਨ ਕੁੜੀਆਂ ਆਪਣੇ ਘਰ ਦਾ ਕੰਮ ਨਹੀਂ ਇੰਨਾ ਕਰ ਸਕਦੀਆਂ ਜਿੰਨਾ 85 ਸਾਲ ਦੀ ਉਮਰ ਦੇ ਵਿੱਚ ਇਹ ਬਜ਼ੁਰਗ ਮਾਤਾ ਕਰ ਰਹੀ ਹੈ, ਬਹੁਤ ਵੱਡੀ ਗੱਲ ਹੈ। ਇਹ ਸਿਹਤ ਵੀ ਹੈ, ਬਹੁਤ ਵੱਡੀ ਗੱਲ ਹੈ। ਅਤੇ ਜੇਕਰ ਤੁਸੀਂ ਇਹਨਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਨਹੀਂ ਕਰ ਸਕਦੇ ਨਾ ਦੋਸਤੋ, ਤੁਹਾਡਾ ਸੋਸ਼ਲ ਮੀਡੀਆ 'ਤੇ ਅਕਾਊਂਟ ਖੋਲ੍ਹਣ ਦਾ ਫਾਇਦਾ ਕੋਈ ਨਹੀਂ, ਤੁਹਾਡਾ ਫੇਸਬੁੱਕ ਚਲਾਉਣ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਨਹੀਂ ਕਰਦੇ। ਤੁਸੀਂ ਵੇਖ ਸਕਦੇ ਹੋ ਇਹ ਬੱਚੇ ਦੇ ਗਲ ਦੇ ਵਿੱਚ ਸ੍ਰੀ ਸਾਹਿਬ ਹੈ, ਅਤੇ ਉਹਦੇ ਨਾਲ ਵੀ ਵੀਰ ਨਾਲ ਵੀ ਆਪਾਂ ਛੋਟੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ। ਵੀਰੇ ਤੁਹਾਡਾ ਨਾਮ ਕੀ ਹੈ ਛੋਟੇ ਵੀਰੇ? ਦਲਜੀਤ ਸਿੰਘ। ਕਿਹੜੇ ਸਕੂਲ ਜਾਂਦੇ ਹੋ ਤੁਸੀਂ? ਸਰਕਾਰੀ ਐਲੀਮੈਂਟਰੀ ਸਕੂਲ ਨੂਰਦੀ ਰੋਡ ਤਰਨਤਾਰਨ। ਤੇ ਮਾਤਾ ਜੀ ਦੇ ਨਾਲ ਕੰਮ ਦੇ ਵਿੱਚ ਹੱਥ ਵੀ ਵਟਾਉਂਦੇ ਹੋ ਤੁਸੀਂ ਘਰੇ ਆ ਕੇ? ਮਨ ਨੂੰ ਦੁੱਖ ਹੁੰਦਾ ਕਿ ਮਾਤਾ ਪਿਤਾ ਨਹੀਂ ਹੈ, ਕਿਵੇਂ ਘਰ ਦਾ ਗੁਜ਼ਾਰਾ ਹੁੰਦਾ ਹੈ? ਹਾਂਜੀ ਤੁਸੀਂ ਤੁਸੀਂ ਵੇਖ ਸਕਦੇ ਕਿ ਛੋਟੇ ਬੱਚੇ ਕੋਲੋਂ ਗੱਲ ਨਹੀਂ ਕੀਤੀ ਜਾ ਰਹੀ, ਤਾਂ ਬਜ਼ੁਰਗ ਮਾਤਾ ਦੇ ਕੋਲ ਆਓ। ਮਾਤਾ ਜੀ
ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ, ਕੁਝ ਧਾਰਮਿਕ ਸੰਸਥਾਵਾਂ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਹੈਲਪ ਕਰਦੀਆਂ ਨੇ, ਗਰੀਬਾਂ ਦੀ ਬਾਹ ਫੜਦੇ, ਉਹਨਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ? ਤੁਸੀਂ ਅਪੀਲ ਕੀ ਕਰਨੀ ਚਾਹੋਗੇ? ਇੱਕ ਜੀ ਸਾਡਾ ਦਰਸ਼ਨ ਪਾਣੀ, ਦੂਜਾ ਕਮਰੇ ਜੋਂਦੇ ਆ, ਕਮਰਿਆਂ ਦੀ ਬਦਲ ਦਿਓ ਜੀ। ਇੱਕ ਅੱਗੇ ਕਰਕੇ ਹੀ ਦੋ ਆਏ ਸੀ, ਉਹਨਾਂ ਨੇ ਸਾਡੀ ਸੀਮੈਂਟ ਦਿੱਤਾ, ਬੋਰੀ ਦਿੱਤੀ, ਉਹਦਾ ਅੱਖਾਂ ਤੋਂ ਵੀ ਘੱਟ ਦਿਖਦਾ। ਤੇ ਰੋਟੀ ਪਾਣੀ ਕਿਵੇਂ ਕਰਦੇ ਹੋ? ਰੋਟੀ ਪਾਣੀ ਆ ਵੀ ਚੁੱਲ੍ਹਾ ਰੱਖਿਆ। ਅੱਛਾ ਜੀ, ਇੱਧਰ ਖਾ ਲਈ ਖਾ ਲਈ। ਅੱਛਾ ਜੀ, ਥੋੜ੍ਹਾ ਉੱਚੀ। ਹਾਂਜੀ ਮਾਤਾ ਜੀ, ਇਹ ਵੀ ਜ਼ਰੂਰ ਦੱਸਿਓ ਕਿ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਤੁਹਾਡਾ ਰਿਸ਼ਤੇਦਾਰ ਬੌੜਿਆ ਜਾਂ ਨਹੀਂ ਬੌੜਿਆ? ਨਹੀਂ ਜੀ, ਨਹੀਂ ਸਾਡਾ ਰਿਸ਼ਤੇਦਾਰ ਕੋਈ ਨਹੀਂ ਬੌੜਿਆ। ਅੱਛਾ ਜੀ। ਅੱਛਾ ਜੀ। ਹਾਂ, ਬਣੀ ਦੇ ਵੇਲੇ ਕੋਈ ਲਾਗੇ ਨਹੀਂ ਜੇ ਲੱਗਦਾ। ਅੱਛਾ ਜੀ। ਹਾਂ, ਜੋ ਬਣੀ ਮੇਰੇ ਤੇ ਬਣੀ, ਰਾਤੀ ਮੈਂ ਮਾਰੀ ਚੱਲੀ ਹਾਂ। ਕੀ ਗੱਲ ਹੋਈ? ਦਵਾਈ ਲਿਆ ਕੇ ਖਾ ਲਈ, ਤੁਹਾਨੂੰ ਵੇਖਿਆ ਹੀ ਨਾ ਤੁਸੀਂ, ਦਵਾਈ ਖਾ ਲਈ, ਉਹ ਦਵਾਈ ਨਾ ਮੈਨੂੰ ਲਿਖ ਕੇ ਪੈ ਗਈ। ਬਹੁਤ ਤੱਫੜ ਤੁੱਫੜ ਕੇ ਵਿਚਾਰੇ ਸੌਂਗੇ, ਫਿਰ ਬੱਚਿਆਂ ਨੂੰ ਤੁਹਾਨੂੰ ਪਤਾ ਕਿੱਦਾਂ ਉਠਾਵਾਂ ਮੈਂ। ਇਹ ਤਾਂ ਗੱਲ ਹੈ, ਹੈ ਬੱਚੇ ਫਿਰ ਵੇਖ ਕੇ ਫਿਰ ਰੋਣ ਲੱਗ ਪਈ। ਮਨ ਨੂੰ ਦੁੱਖ ਹੁੰਦਾ ਮਾਤਾ ਕਿ ਕਿਵੇਂ ਆਪਣਾ ਆਪ ਨਹੀਂ ਸਾਂਭਿਆ ਜਾਂਦਾ ਇਸ ਉਮਰ ਦੇ ਵਿੱਚ, ਦੋ ਬੱਚੇ ਵੀ ਸਾਂਭ ਰਹੇ ਹੋ, ਤੇ ਘਰ ਦੇ ਹਾਲਾਤ ਕਿੱਦਾਂ ਦੇ? ਜਦੋਂ ਬਾਰਿਸ਼ ਵਗੈਰਾ ਪੈਂਦੀ ਹੈ, ਪਾਣੀ ਖੜਦਾ ਇੱਥੇ ਜਾਂ ਕਿਵੇਂ? ਪਾਣੀ ਖੜ ਜਾਂਦਾ ਇੱਥੇ। ਪਾਣੀ ਦਾ ਪ੍ਰਬੰਧ ਹੈ ਇਸ ਘਰ ਦੇ ਵਿੱਚ ਕਿ ਨਹੀਂ? ਜੀ ਨਹੀਂ, ਪਾਣੀ ਬਾਕਸਾ ਨਹੀਂ ਹੈਗਾ। ਹਾਂਜੀ, ਲਿਆ ਕੇ ਉੱਥੋਂ ਡੇਰੇ ਚੋਂ ਵਰਤਦੇ। ਤੁਸੀਂ ਵੇਖ ਸਕਦੇ ਹੋ ਦੋਸਤੋ, ਜਿਸ ਘਰ ਦੇ ਵਿੱਚ ਮੈਂ ਖੜਾ, ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਮੈਨੂੰ ਲੱਗਦਾ ਕਿ ਬਿਜਲੀ ਦਾ ਵੀ ਪ੍ਰਬੰਧ ਕੋਈ ਬਹੁਤਾ ਨਹੀਂ। ਮਾਤਾ ਜੀ, ਬਿਜਲੀ ਦਾ ਕਿਵੇਂ ਪ੍ਰਬੰਧ ਹੈ? ਬਿਜਲੀ ਲਵਾਈ ਆ ਮੈਂ, ਆਪਣੇ ਮੀਟਰ ਲਵਾਇਆ ਹੀ ਆ, ਕਦੀ ਕਦੀ ਬਿੱਲ ਆ ਜਾਂਦਾ, ਜਿੰਨੀ ਕਹੀਂ ਬਾਲਦੇ ਉਨੀ ਕੁ ਬਿੱਲ ਆਉਂਦਾ, ਬਾਕੀ ਅਸੀਂ ਆਪ ਹੀ ਘੱਟ ਬਾਲਦੇ ਹਾਂ, ਅਨੇ ਜ਼ਿਆਦਾ ਬਿੱਲ ਆ ਗਿਆ ਤਾਂ ਫਿਰ ਦੇਵਾਂਗੇ। ਅੱਛਾ ਜੀ। ਮਾਤਾ ਜੀ, ਜਿੰਨੇ ਪੈਸੇ ਤੁਸੀਂ ਚਾਰ ਘਰਾਂ ਦੇ ਵਿੱਚ ਕੰਮ ਕਰਕੇ ਕਮਾਉਂਦੇ ਹੋ, ਉਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਕਿ ਨਹੀਂ ਚੱਲਦਾ? ਚੱਲ ਜਾਂਦਾ ਹੀ, ਮਾੜ ਮੋਟੀ ਹੋ ਹੀ ਜਾਂਦਾ ਹੀ ਆ। ਅੱਛਾ ਜੀ। ਹਾਂਜੀ, ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਮਾਤਾ ਜੀ ਨੇ ਦੱਸਿਆ ਹੈ ਕਿ ਕਿਵੇਂ ਉਹ ਚਾਰ ਘਰਾਂ ਦਾ ਕੰਮ ਕਰਨ ਤੋਂ ਬਾਅਦ ਆਪਣੇ ਪੋਤੇ ਅਤੇ ਪੋਤੀ ਨੂੰ ਪਾਲ ਰਹੇ ਨੇ। ਇਹ ਤੇ ਜਾਂ ਉਹ ਜਾਣਦੇ ਨੇ ਤੇ ਜਾਂ ਫਿਰ ਉਹਨਾਂ ਦਾ ਰੱਬ ਜਾਣਦਾ। ਦੋਸਤੋ, ਜੇਕਰ ਤੁਸੀਂ ਕਿਸੇ ਪ੍ਰਕਾਰ ਦੀ, ਮੈਂ ਇੱਕ ਵਾਰ ਫਿਰ ਵਾਰ-ਵਾਰ ਆਪਣੇ ਜਿੰਨੇ ਵੀ ਵੇਖ ਰਹੇ ਨੇ ਉਹਨਾਂ ਨੂੰ, ਦਰਸ਼ਕਾਂ ਨੂੰ ਬੇਨਤੀ ਕਰਦਾ, ਤੁਸੀਂ ਜੇਕਰ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ, ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ। ਮਾਤਾ ਜੀ, ਤੁਹਾਡਾ ਕੋਈ ਫੋਨ ਨੰਬਰ ਹੈਗਾ ਹੈ ਕਿ ਨਹੀਂ ਹੈਗਾ? ਤਾਂ ਦੋਸਤੋ, ਮੈਂ ਇਸ ਬਜ਼ੁਰਗ ਮਾਤਾ ਦਾ ਨੰਬਰ ਜਿਹੜਾ ਹੈ, ਫੋਨ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਅਤੇ ਫੋਨ ਨੰਬਰ ਹੈ ਦੋਸਤੋ 8871 79 408। ਮੈਂ ਇੱਕ ਵਾਰ ਫਿਰ ਬੋਲ ਦੇਵਾਂ, 8871 ਅਤੇ 79 408 ਨੰਬਰ ਹੈ, ਸੰਪਰਕ ਕਰਕੇ ਮਦਦ ਜਿਹੜੀ ਹੈ ਉਹ ਤੁਸੀਂ ਜ਼ਰੂਰ ਕਰਿਓ, ਕਿਉਂਕਿ ਲੋੜਵੰਦ ਪਰਿਵਾਰ ਹੈ ਦੋਸਤੋ, ਤਿੰਨ ਪਰਿਵਾਰ ਦੇ ਵਿੱਚ ਜੀ ਨੇ, ਅਤੇ ਤੁਹਾਨੂੰ ਪਤਾ ਹੈ ਘਰ ਦੇ ਗੁਜ਼ਾਰੇ ਕਿਵੇਂ ਜਿਹੜੇ ਆ ਹੁੰਦੇ ਆ। ਛੱਤਾਂ ਕਿਸੇ ਵੇਲੇ ਵੀ ਡਿੱਗ ਸਕਦੀਆਂ ਨੇ, ਛੋਟਾ ਬੱਚਾ ਹੈ, ਮਾਤਾ ਦੀ ਪੋਤੀ ਹੈ, ਖੁਦ ਮਾਤਾ ਜਿਹੜੀ ਹੈ ਉਹ 85 ਸਾਲ ਉਮਰ ਹੋਣ ਦੇ ਬਾਵਜੂਦ ਘਰ ਦਾ ਰੋਟੀ ਪਾਣੀ ਕਰਕੇ ਇਹਨਾਂ ਬੱਚਿਆਂ ਨੂੰ ਪਾਲ ਰਹੀ ਹੈ। ਅਤੇ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਸੁੱਖ ਦੇ ਨਾਲ ਮੈਂ ਦਲਜੀਤ ਸਿੰਘ, ਪੰਜਾਬ ਅਬ ਤੱਕ ਨਿਊਜ਼, ਤਰਨ ਤਾਰਨ।